ਕਲੀਮ ਦੱਸ ਕੇ ਜਨਾਬ ਮੇਰੀ ਮੈਚ ਹੋ ਗਿਆ ਸ਼ੁਰੂ ਪਹਿਲੀ ਕਬੱਡੀ ਨੀਏ ਜ਼ਿਆ ਦੀ ਨੀਏ ਜ਼ਿਆ ਨੂੰ ਪੁੱਠੀ ਪਾਈ ਆ ਮੁੰਡੇ ਨੇ ਇਹ ਜਾਫੀ ਆ ਜੀ ਮੁੰਡਾ ਸਾਜਦ ਜੱਟ ਹੈ ਸਾਜਦ ਜੱਟ ਹੈ ਮੁੰਡੇ ਚਾਕਾ ਨੂੰ ਸਾਜਦ ਜੱਟ ਤੇ ਨੀਆ ਜ਼ਿਆ ਜੱਟ ਤੇ ਨੀਆ ਨੰਬਰ ਹੋ ਗਿਆ ਜੀ ਜੱਟ ਦਾ ਨੰਬਰ ਹੋ ਗਿਆ ਜੱਟ ਦਾ ਜੀਓ ਜੱਟਾ ਅਗਲੀ ਕਬੱਡੀ ਪਾਉਣ ਵਾਸਤੇ ਬੂਟੀ ਅੱਜ ਤੱਕ ਤੁਸੀਂ ਹਰੇ ਰੰਗ ਦੀ ਬੂਟੀ ਵੇਖੀ ਆ ਜਿਹੜੀ ਮਲੰਗ ਘੋਟ ਕੇ ਪੀਂਦੀ ਹੈ ਉਹ ਬੂਟੀ ਆ ਕਾਲੇ ਰੰਗ ਦੀ ਜਿਹੜੀ ਕਬੱਡਰਾਂ ਨੂੰ ਚੜਦੀ ਆ ਚੱਲ ਵੀ ਬੂਟੀ ਬੂਟੀ ਨੂੰ ਲੱਗ ਗਿਆ ਜੀ ਮੁੰਡਾ ਛਾਦਾ ਕਮਿਆਰ ਦੋਵੇਂ ਮੁੰਡੇ ਮਗਰਾਂ ਤੋਂ ਬਾਅਦ ਦੋਵੇਂ ਨਜ਼ਰ ਆਉਣ ਵਾਲੇ ਜੀ ਉਹ ਸਦਾ ਦੇ ਪੱਕੇ ਰੰਗ ਦੇ ਨੰਬਰ ਹੋ ਗਿਆ ਬੂਟੀ ਦਾ ਅਗਲੀ ਕਬੱਡਾ ਜਨਾਬ ਉਹਨਾਂ ਦੇ ਨਾਲ ਜਨਾਬ ਹਾਜੀ ਗੁਲਾਮ ਅਲੀ ਸਾਹਿਬ ਉਹਨਾਂ ਦੀ ਨਾਲ ਨੂੰ 500 ਰੁਪਇਆ ਬਤਾਓ ਅਨਾਊਂਸਰ ਮਹਬਤਾਂ ਦਾ ਸ਼ੁਕਰੀਆ ਕਬੱਡੀ ਗਿਆ ਆ ਖਾਦਰ ਸਈਦ ਰੰਧਾਵੇ ਦਾ ਭਤੀਜਾ ਵੀ ਆ ਸ਼ਗਿਰਦ ਵੀ ਆ ਕਬੱਡੀ ਦਾ ਉੱਚਾ ਸੁੱਚਾ ਨਾਂ ਸ਼ੇਜ਼ੀ ਰੰਧਾਵਾ ਸ਼ਾਹਵੇਜ਼ ਉਰਫ ਸ਼ੇਜ਼ੀ ਰੰਧਾਵਾ ਚੱਲ ਵੀ ਮਲਕ ਉਮਰ ਫਰੂਕ ਦਾ ਮੁੰਡਾ ਸ਼ਗਿਰਦ ਛੋਟਾ ਵੀਰ ਮਲਕ ਜ਼ਕਾਉਲਾ ਲੱਗਾ ਗੋਗਾ ਅਖਤਰ ਗੋਗਾ ਗੁੱਜਰ ਗੋਗਾ ਗੁੱਜਰ ਤੇ ਮਲਕ ਜ਼ਕਾਉਲਾ ਨੰਬਰ ਹੋ ਗਿਆ ਮਲਕ ਜ਼ਕਾਉਲਾ ਦਾ ਨੰਬਰ ਹੋ ਗਿਆ ਬੁੱਢੇ ਚੱਕ ਦਾ ਚੱਲ ਵੀ ਨੀ ਅਬਦ ਰਹਿਮਾਨ ਦੇ ਪਿਤਾ ਪਾ ਹਜ਼ਾਰਾ ਕਬੱਡੀ ਜੀ ਸਾਰੇ ਮੁਹਤਰਮ ਚੱਲ ਮੀਆਂ ਸਿਆਸ ਵੇਲੇ ਸੋਹਣਾ ਸਰੂਪ ਦਾ ਮੁੰਡੇ ਦਾ ਸਾਜ ਜੱਟ ਮੂਹਰੇ ਹੋ ਗਿਆ ਦੇਖ ਜਰਾ ਦੇਖ ਰਿਹਾ ਕਿਹਦੀ ਹਿੱਕ ਤੇ ਪਾਣ ਜੋੜਦਾ ਮੀਆਂ ਸਿਆਹ ਦੇਖ ਜਰਾ ਲੱਕ ਦਿੱਤਾ ਪੁੱਤ ਸਾਜ ਜੱਟ ਸੋਹਣੀ ਪਕੜਾ ਬਿਲਕੁਲ ਬੁੱਤੀਆਂ ਦੇ ਨੇੜੇ ਆ ਕੇ ਖੁਸ਼ੀ ਫੁੱਗ ਵਾਲਿਆਂ ਨੂੰ ਢਾ ਲਿਆ ਔਰ ਲੱਗਦਾ ਹੋਇਆ ਜ਼ੋਰ ਹੈ ਚੱਲ ਵੀ ਟੱਕ ਟੱਕ ਚੱਲਦੀ ਘੜੀ ਮੀਆਂ ਸਿਆਹ ਪਤਾ ਲੱਗਣਾ ਤਾੜੀ ਮਾਰ ਦੋ ਜਿਆ ਵਾਸਤੇ ਪੁਆਇੰਟ ਹੋ ਗਿਆ ਮੀਆਂ ਸਿਆਹ ਦਾ ਮੀਆਂ ਸਿਆਹ ਨੇ ਇਹ ਪੁਆਇੰਟ ਜੋੜਿਆ 34 ਦੀ ਟੀਮ ਆ ਗਿਆ ਮੈਦਾਨ ਦੇ ਵਿੱਚ ਮੁੰਡੇ ਦਾ ਪੱਕਾ ਜਿਹਾ ਰੰਗ ਹੈ ਪੀਂਦਾ ਜਿਹਾ ਸਰੀਰ ਹੈ ਪੂਰਾ ਜਿਮ ਮਾਰ ਮਾਰ ਕੇ ਘੜਿਆ ਸਰੀਰ ਦੇਖਦਿਆਂ ਕਿਹੜਾ ਮੁੰਡੇ ਹੁੰਦਾ ਲੱਗਿਆ ਇਸ ਵੇਲੇ ਅਖਤਰ ਗੁੱਜਰ ਔਰ ਗੁੱਜਰ ਤੇ ਬੂਟੀ ਦੇਖ ਜਰਾ ਆਏ ਹੈ ਗੁੱਜਰ ਮਲੰਗ ਨਹੀਂ ਹੁੰਦਾ ਅੱਗੇ ਇਹ ਬੂਟੀ ਮਲੰਗ ਤੋਂ ਨਹੀਂ ਲੱਗਣੀ ਜਾਣੀ ਦੇਖ ਜਰਾ ਆਏ ਹੈ ਬੂਟੀ ਲਾਲਾ ਛੰਡੇ ਪੁੱਤ ਆ ਗਈਆਂ ਬੁੱਤੀਆਂ ਨੇੜੇ ਪਤਾ ਲੱਗਣਾ ਮਲਕ ਜਗਾ ਹੁੰਦਾ ਵਾ ਪੂਰਾ ਮਲਕ ਉਮਰ ਫਰੂਕ ਟੀਮ ਦੇ ਔਰ ਭਾਈ ਤਾੜੀ ਮਾਰੋ ਪਹਿਲਾ ਤਗੜਾ ਲੱਗਾ ਹੋਇਆ ਚਾਲੀ ਸਾਹਿਬ ਔਰ ਜਨਾਬ ਯਾਸੀਨ ਜੱਟ ਸਾਹਿਬ ਤਸ਼ਰੀਫ ਲੈ ਕੇ ਆ ਰਹੇ ਆ ਪਹਿਲੇ ਮੈਚ ਦੇ ਸਾਡੇ ਪ੍ਰਾਹੁਣੇ ਇੱਜ਼ਤ ਮਾਨ ਜੀ ਵਕਾਰ ਮੁਹਤਰਮ ਮਾਨ ਯੋਗ ਸਤਕਾਰ ਯੋਗ ਚੌਧਰੀ ਆਸਫ ਜੱਟ ਚੇਅਰਮੈਨ ਇਨਸ਼ਾਅੱਲਾ ਯੂਸੀ 31 ਨਾਲ ਹਾਜੀ ਗੁਲਾਮ ਅਲੀ ਕਾਦੜੀ ਜਨਾਬ ਦੀ ਆਦਮੀ ਅਕਬਰ ਸਾਹਿਬ ਉਸਮਾਨ ਪਠਾਨ ਲੱਗਾ ਜਨਾਬ ਤੋਂ ਯੋਗ ਚੱਟਾ ਸਾਹਿਬ ਸ਼ੁਕਰੀਆ ਸ਼ੇਜ਼ੀ ਨੂੰ ਲੱਗਿਆ ਉਹ ਤਾੜੀ ਦਾ ਮਾਰੋ ਪਠਾਨ ਵਾਸਤੇ ਯਾਰਾ ਇਹ ਕਾਸ਼ੀ ਪਠਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਹਾਲ ਮੁਕੀਮ ਕੈਨੇਡਾ ਉਹਦਾ ਵੀਰ ਮੌਲਵੀ ਆਰਫ ਪਠਾਨ ਦਾ ਇੱਕ ਪਠਾਨ ਆ ਉੱਤੋਂ ਮੌਲਵੀ ਹੈ ਰੱਬ ਸੋਹਣਾ ਲਵੀ ਮਲਕ ਜ਼ਕਾਉਲਾ ਕੋਲਦਾ ਹੈ ਧਾਵਾ ਮੂਹਰੇ ਹੋਇਆ ਇਸ ਵੇਲੇ ਜ਼ਬੈਰ ਰਾਣਾ ਜ਼ਬੈਰ ਮੂਹਰੇ ਹੋਇਆ ਸੀ ਪਰ ਪੁਆਇੰਟ ਇਸ ਵੇਲੇ ਜਿਹੜਾ ਜੁੜਬਾਨ ਦੇ ਵਿੱਚ ਕੋਲਦਾ ਹੈ ਧਾਵਾ ਮੈਂ ਦੇਖ ਮੁੰਡਾ ਛੋਲੇ ਛੋਲੇ ਪੱਪ ਪਾਉਂਦਾ ਰਿਹਾ ਮੈਂ ਕੀਰ ਕਮਾਨੋ ਛੁੱਟਾ ਹੁੰਦਾ ਮੂਹਰੇ ਸਾਜਦ ਜੱਟ ਨਾਲ ਹੋਈ ਹੈ ਟੱਕਰ ਸਾਜਦ ਜੱਟ ਤਾਂ ਅਲੀ ਦੇਖ ਚੁੱਕਾ ਨੀਗਾ ਤਾੜੀ ਮਾਰਾ ਕਰੋ ਯਾਰ ਹੌਸਲਾ ਅਫਜ਼ਾਈ ਜ਼ਰੂਰ ਕਰਿਆ ਕਰੋ ਸਾਡੇ ਜਿੰਨੇ ਵੀ ਵੀਰੇ ਕਬੱਡੀ ਵੇਖਣਾ ਹੁੰਦਾ ਇਹਨਾਂ ਦੇਖਿਆ ਕਰੋ ਜਿਵੇਂ ਘਰੋਂ ਚੁੰਡ ਸਜਾ ਕੇ ਆਏ ਹੁੰਦੇ ਆ ਕਬੱਡੀ ਨੂੰ ਜੋਕ ਸ਼ੌਕ ਨਾਲ ਦੇਖਿਆ ਕਰੋ ਸਾਡੇ ਆਉਣ ਵਾਲੇ ਵੇਲੇ ਦੇ ਇਨਸ਼ਾਅੱਲਾ ਚੇਅਰਮੈਨ ਯੂਸੀ 31 ਤੋਂ ਜਨਾਬ ਚੌਧਰੀ ਆਸਫ ਜੱਟ ਸਾਹਿਬ ਜਨਾਬ ਤਸ਼ਰੀਫ ਰੱਖਦੇ ਅੱਜ ਗੁਲਾਮ ਅਲੀ ਕਾਦਰੀ ਸਾਹਿਬ ਅੱਜ ਮੈਂ ਅਫਸਰ ਸਾਹਿਬ ਸਭ ਸ਼ੁਕਰੀਆ ਦੇਖ ਰਿਹਾ ਭਰਿਆ ਹੋਇਆ ਇਲਾਕਾ ਇਸ ਵੇਲੇ ਜਨਾਬ ਯਾਸੀਨ ਜੱਟ ਔਰ ਜਨਾਬ ਰਜ਼ਾ ਅਲੀ ਸਾਹਿਬ ਟੀਮ ਮੈਚ ਦੇ ਪ੍ਰਧਾਨ ਹੈ ਆਪ ਵਿੱਚ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਵੀਰੇ ਚੌਂਤੀ ਵੱਲੋਂ ਇਸ ਵੇਲੇ ਬੋਲਦਾ ਹੈ ਧਾਵਾ ਜਵਾਨ ਚੱਲ ਵੀ ਉਹ ਕਿਹੜਾ ਮੁੰਡਾ ਹੁੰਦਾ ਪੱਟਾ ਦੇ ਮਾਰਦਾ ਥਾਪੀਆਂ ਮੁੰਡਾ ਠੰਡਾ ਮਿੱਠਾ ਸੋਹਣਾ ਜਿਹਾ ਸੁਭਾਅ ਮੁੰਡੇ ਦਾ ਸ਼ੁਰੂ ਤੋਂ ਹੀ ਕੌਟੀ ਨਾਲ ਲਗਾ ਮੁੰਡੇ ਦਾ ਚੱਪੀ ਸੱਪੀ ਹੋ ਕੇ ਪਾਰਸ ਖੇਡਦਾ ਕਬੱਡੀਆਂ ਤਾਹੀਓ ਲੋਕੀ ਕਰਦੇ ਨੇ ਚਾਹ ਮੁੰਡੇ ਦਾ ਮਲਕ ਸਕਾਉਂਦਾ ਤੇ ਅਖਤਰ ਗੁੱਜਰ ਪੁਆਇੰਟ ਹੋਇਆ ਮੁੰਡਾ ਮਲਕਾਂ ਦਾ ਇਹ ਪੁਆਇੰਟ ਦਾ ਪਤਾ ਲੱਗਦਾ ਆਸਫ ਪਸਤੂਰ ਦਾ ਕਬੱਡੀ ਕਲੱਬ ਮੈਦਾਨ ਦੇ ਵਿੱਚ ਆ ਜੀ ਮੈਂ ਦੇਖ ਰਿਹਾ ਆਸਫ ਪਸਤੂਰ ਦਾ ਪਾਕਿਸਤਾਨ ਵਾਪਿਆ ਪੁੱਜਣਾ ਵਾਲਾ ਕੈਪਟਨ ਦੇ ਨਾਲ ਸੰਗਤ ਹੈ ਸ਼ੇਜ਼ੀ ਰੰਧਾਵਾ ਸੋਹਣਾ ਪੁੱਤ ਚੱਟਾਂ ਦਾ ਦੇਖ ਰਿਹਾ ਮੈਦਾਨ ਦੇ ਵਿੱਚ ਸਰਬ ਸਾਹਿਬ ਜਾਨ ਹੈ ਬਣਾਈ ਜੱਟ ਨੇ ਜਿੱਦ ਪੂਰੀ ਕਰਕੇ ਦਿਖਾਈ ਜੱਟ ਨੇ ਬੜੇ ਬੜੇ ਜਾਫੀਆਂ ਦੇ ਤਿਲ ਡੋਲਦੇ ਰੇਤ ਜਦੋਂ ਪਿੰਡ ਵਿੱਚ ਪਾਈ ਜੱਟ ਨੇ ਸਾਜਾ ਜੱਟ ਦਾ ਟੱਪਾ ਉਸ ਸ਼ੇਰ ਦਾ ਧੰਨ ਭਾਗ ਜੀ ਆਇਆਂ ਨੂੰ ਅੱਜ ਕੌਣ ਪ੍ਰਾਹੁਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੂਹੇ ਅੱਜ ਕੌਣ ਪ੍ਰਾਹੁਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੂਹੇ ਅੱਪਰਾਂ ਦੀ ਝਾਂਗਰ ਛੜਕੀ ਨਹੀਂ ਅੱਜ ਧਰਤ ਦੇ ਸੂਹੇ ਅੱਜ ਬਹਿਕੀਆਂ ਪੌਣਾ ਮਹਿਕੀਆਂ ਨਹੀਂ ਮੇਰੀ ਰੱਬ ਦੀ ਰੂਹੇ ਅੱਜ ਕੌਣ ਪ੍ਰਾਹੁਣਾ ਆਇਆ ਨਹੀਂ
फुल खिड़ गए सूहे, अज कौन प्रौना आया नहीं, फुल खिड़ गए सूहे। जनाब यासीन जट साहब, जनाब रजा अली जट साहब, सत बिस्मिल्ला धन भाग जरा मान बख्शिया, जरा सत्कार बख्शिया कबड्डी को, जिया इलाके दिया पत्तिया चुकराव जब एक मुठ हो के सब भुल जाम किताब की। आजम अली खादरी साढ़े इस्तान नचाने पगाने शहजादे प्राणे इदा के जेडे पगबन वीर होंगे उन्होंने मोढ़े लाए मेले सजदे आ। बहुत शुक्रिया जनाब, एवं नहीं ग्राउंडा विच ना बोलता पलियों की रजानी जट, जनाब चौधरी यासीन जट, जनाब चौधरी आजम अली कादरी, इस तो पहले जेडे प्राणे जनाब आसफ जट, हाजी गुलाम अली कादरी, मियाँ अब्दर जाक साहब, उन्होंने साढ़े वास्ते भी 500 रुपया बतौरे 900। बहुत शुक्रिया जनाब इन्होंने पहलिया तिना प्राणियों का। हूँ साढ़े इस्ताने प्राणे जेडे अपने आप, बहुत शुक्रिया तशरीफ आवरी का। उधर देख जरा जत्था किया हुआ मुंडे ने शाहेज रंधावे उस्मान पठान, विच खड़ा छाता कमिहार, विच राणा जबैर, रजा चौधरी रजा अली जट साहब, उन्होंने 500 रुपया बतौरे 900। बहुत शुक्रिया जनाब साढ़े हूँ उन्होंने तिना प्राणियों चो, जनाब चौधरी रजा जट साहब बहुत शुक्रिया इस काबिल समझा अकील गुजर लगा ये की कर लिया तुम्हें सदके जावा ताे स्टैल तो सदके बूटी ते अकील गुजर, बूटी ते अकील गुजर, बूटी ते अकील गुजर नंबर हो गया जी अकील गुजर का। शेर शूर के सुना रहे ठीक है भी नहीं। अली गुजर ने लगा हुआ जारा जट, जारा जट ते गुजर, जट ते गुजर, जट ते गुजर, जारा जट ते गुजर, गुजर ते जट, जफी घुट के जे पावे एक बार गुजरा जी है गुजरा नंबर साड़ी छेड़ बना ली ढोल वाले। चल भी मलिक जकाउल्ला, मलिक जकाउल्ला बहुत शुक्रिया जी होने वाले प्राणियों के विचों, जनाब चौधरी रजा जट साहब इस काबल समझिया मोहब्बतों का शुक्रिया। कबड्डी पाने वास्ते मलिक जकाउल्ला अकील गुजर लगा, लेकिन नंबर हो गया मलिक जकाउल्ला का नंबर हो गया 102। कबड्डी मियाँ जिया, मियाँ जिया, मियाँ अब्दुर रहमान का पोता जनाब चौधरी मोहम्मद यासीन जट 1000 रुपया बतौरे 900। शुक्रिया जनाब चौधरी मोहम्मद यासीन जट साहब इस काबिल समझिया। चौधरी आजम गादरी साहब ने भी बराबर का हिस्सा 87 ने खत्म किया। नंबर हो गया जी साई का, नंबर हो गया उमर गिल का नंबर। शहजादा केड़ा मुंडा टक पाऊगा एक कन्नी ते राणा जनेद खड़ा जी है जनेद, शहजादा राजपूता का हीरा पुत राणा जनेद मलिक मियां मीर का शिगिरदा। ए लगा जी साजद जट, जट दोवें जटा ने पोता गोता वखो वख, सोजी रंधावा ते साजद जट, जट ते रंधावा नंबर हो गया जी शेजी रंधावे का मलिक उमर फरूक का। अज तू सोना मान रखिया पुत्रा, अगे छादा कमिहार, अगे अकील गुजर, आ लगा राणे अशरफ का पुत, राणे अनैर का निका वीरा राणा जबैर नंबर हो गया मलिक जकाउल्ला ने जी सारे मतलब। चल भी उतरी रेट एक बार फिर मुंडा मियां जिया, धरती का दिल धक धक करता जा तू पावे रेट, तू पंजाबी सूरमा पुत्र तेरे वर्गा खेड, मोगलों वांगू पिनिया तेरिया छाती जिमें छेड़, जुस्सा पूरा भर मरदाना, खेड़ कबड्डी खेड़ जवाना, खेड़ कबड्डी खेड़ जवाना, देखू तेन याद जमाना, खेड़ कबड्डी खेड़ जवाना। उमर खेल लिया बोलता है धावा छाता कमिहार, छाते कमिहार ने देख ला फल ली गुट, अजी हम कमिहारा पूरा जरूर पा दिता, कहना गुट घुट के फल ली वे, अजे साधी उम्र न्याणी, मैं सुने इस मेले विच कई विछड़ गए ने हारी, गुट घुट के फल ली वे। हां जी हां मेरी बरादरी दे अशदा दिया, ए जी कमारा दा पुत मेरी बरादरी, असि देखो तेरी पूछ फड़ लिए लित कढ़दे जी आ, हां जी अशदा दिया। पासे शेजी रंधावा देख लिया, शेजी रंधावा इसमें बोलता है धावा, चल भी बब्बर शेरा बते हथी बिनती मेरी, नशिया कोल ना जाई,
ਦੋਸਤੀ ਇੱਜ਼ਤ ਗੈਰਤ ਪੱਤ ਨੂੰ ਘੱਟੇ ਰੋਲ ਨਾ ਜਾਈ ਤੂੰ ਮੇਰੀ ਅੜਕਤੀ ਚੋਟੀ ਦੇਖੀ ਟੋਲ ਨਾ ਜਾਈ ਦਿਲ ਦੀ ਧਰਤੀ ਦੇ ਅਸਮਾਨਾ ਖੇਡ ਕਬੱਡੀ ਖੇਡ ਜਵਾਨਾ ਖੇਡ ਕਬੱਡੀ ਖੇਡ ਜਵਾਨਾ ਜਨਾਬ ਹਾਫਜ਼ ਉਸਮਾਨ ਪਠਾਨ ਔਰ ਹਾਫਜ਼ ਉਸਮਾਨ ਪਠਾਨ ਕਬੱਡੀ ਦੇ ਮੈਦਾਨਾਂ ਵਿੱਚ ਧੂੜ ਪੱਟ ਪ੍ਰੋਗਰਾਮ ਹਕੀਲ ਗੁੱਜਰ ਲੱਗਾ ਹੋਇਆ ਦੇਖ ਜਰਾ ਦੇਖ ਦੇਖ ਜਰਾ ਕਹਿੰਦਾ ਰਾਹ ਡੱਕ ਕੇ ਖਲੋ ਗਿਆ ਮੇਰਾ ਵੀ ਸੋਹਣਾ ਮੁੰਡਾ ਗੁੱਜਰਾਂ ਦਾ ਜੀ ਇਹ ਧੂੜ ਪੱਟ ਸਟਾਪ ਕੀਤਾ ਹੋਇਆ ਲਾਵੀ ਕਸਮ ਲੱਗੇ ਸਾਰੇ ਤਾੜੀ ਮਾਰੇ ਮੇਰਾ ਹਕੀਲ ਗੁੱਜਰ ਵਾਸਤੇ ਜਰਾ ਆਹੀ ਹੱਕ ਆ ਬਾਈ ਜੀ ਮੈਦਾਨ ਦੇ ਵਿੱਚ ਮੀਆਂ ਜ਼ਿਆ ਤਾਂ ਚਾਰ ਮੂਹਰੇ ਜਾਫੀ ਖੜੇ ਆ ਦੇਖਦੇ ਕਿਹੜਾ ਮੂਹਰੇ ਹੋ ਗਏ ਨੱਪ ਪਾਉਣੇ ਦੀ ਕੋਸ਼ਿਸ਼ ਕਰਦਾ ਸੜੀਅਲ ਬੈਠ ਕੇ ਨੂੰ ਦੋਨੋਂ ਗੋਡੀਆਂ ਜੀ ਹਾਂਜੀ ਦੋਨੋਂ ਗੋਡੀਆਂ ਉਮਰ ਗਿੱਲ ਇਸ ਵੇਲੇ ਬੋਲਦਾ ਹੈ ਬਾਬਾ ਚੱਲ ਵੀ ਉਮਰ ਗਿੱਲ ਚਾਰ ਸਟੋਪਰ ਮੂਹੇ ਆਏ ਹੈ ਸੱਜੀ ਕਰੀ ਤੋਂ ਲੱਗਾ ਮੁੰਡਾ ਇਸ ਵੇਲੇ ਅਕੀਲ ਗੁੱਜਰ ਨੇ ਉਮਰ ਗਿੱਲ ਦਾ ਭਰ ਲਿਆ ਲੱਕ ਆ ਗਿਆ ਉਮਰ ਗਿੱਲ ਸਾਬਣ ਦੀ ਗਾਚੀਆਂ ਨੂੰ ਨਿਕਲ ਗਿਆ ਮੁੰਡਾ ਪੁਆਇੰਟ ਦਾ ਵਾਧਾ ਕਰਦਾ ਹੈ ਚੱਲ ਵੀ ਪਾਸੇ ਸ਼ੋਸ਼ੀ ਰੰਧਾਵਾ ਖਾਬਰ ਰੰਧਾਵਾ ਉਹਦਾ ਚੰਗਾ ਹੋਇਆ ਸ਼ਗਿਰਦ ਕਹਿੰਦੇ ਠੂਗਾ ਮਾਰ ਦੇ ਸਾਰੀ ਡੰਨ ਖੜਕਣ ਜਿਹੜੇ ਘੜੇ ਉਸਤਾਦਾਂ ਦੇ ਘੜੇ ਹੋਏ ਨੇ ਆਸੀ ਕਿਸੇ ਜਮਾਤੋਂ ਨਹੀਂ ਫੇਲ ਹੁੰਦੇ ਜੋੜਾਂ ਨਾਲ ਕਿਹਾ ਦੇ ਜਿੰਨਾ ਪੜ੍ਹੇ ਹੋਏ ਨੇ ਜਿਨ੍ਹਾਂ ਨੇ ਗੁਰੂਆਂ ਦੀ ਸੇਵਾ ਕੀਤੀ ਹੁੰਦੀ ਹੈ ਮਾਪਿਆਂ ਦਾ ਆਦਰ ਕੀਤਾ ਹੁੰਦਾ ਉਹਨਾਂ ਨੂੰ ਰੱਬ ਸੋਹਣਾ ਮੈਦਾਨਾਂ ਵਿੱਚ ਨਾਲ ਲਾਉਂਦੇ ਉਹਨਾਂ ਦੇ ਦੋਸਤ ਆ ਰੱਬ ਮਾਰ ਦੇ ਭਾਰੂ ਸੁਣਾ ਵੀ ਮਤਲਬ ਠੀਕ ਆ ਚੱਲ ਵੀ ਉਦੋਂ ਵੇਖਦਾ ਹੈਗਾ ਮਲਕ ਜ਼ਕਾਉਲਾ ਇਸ ਵੇਲੇ ਮਲਕ ਜ਼ਕਾਉਲਾ ਛੋਟੀ ਉਮਰ ਚ ਵੱਡਾ ਨਾਮ ਬਣਾਇਆ ਮੁੰਡੇ ਨੇ ਰਾਣਾ ਸਫੈਰ ਚੜ੍ਹਾਈ ਦਾ ਪੂਰੀ ਕੀਤੀ ਹੈ ਪਰ ਮਲਕ ਜ਼ਕਾਉਲਾ ਪੁਆਇੰਟ ਦਾ ਵਾਧਾ ਕਰਦਾ ਕਹਿੰਦਾ ਰਸਤੇ ਪੈਰਾਂ ਦੇ ਕਦੇ ਨੀ ਬਦਲ ਹੁੰਦੇ ਮੁੱਠੀਆਂ ਵਿੱਚ ਸਮੁੰਦਰ ਨੀ ਪਾਏ ਜਾਂਦੇ ਸੂਰਜ ਕਦੇ ਨੀ ਮੁੱਠੀ ਚ ਫੜ ਹੁੰਦਾ ਤਾਰੇ ਕਦੇ ਨੀ ਅੰਬਰੋਂ ਲਾਏ ਜਾਂਦੇ ਤੇ ਸੱਜਣ ਦਿਲਾਂ ਚੋਂ ਕੱਢਣੇ ਬਹੁਤ ਔਖੇ ਬੈਰੀ ਕਦੇ ਨੀ ਦਿੱਲੀ ਚੜ੍ਹਾਏ ਜਾਂਦੇ ਇਹ ਜਿਹੜਾ ਮੀਆਂ ਜ਼ਿਆ ਮੁੰਡੇ ਦਾ ਨਾਂ ਆ ਪੂਰਾ ਭਰਮਾ ਜਿਹਾ ਸਰੀਰ ਆ ਮੁੰਡੇ ਦਾ ਕੁਸ਼ਤਰਾ ਵਰਗਾ ਪ੍ਰੈਸ ਮਾਰ ਰਿਹਾ ਪਰ ਮੈਨੂੰ ਲੱਗਦਾ ਇਸ ਵੇਲੇ ਹਾਫਜ਼ ਉਸਮਾਨ ਪਠਾਨ ਲੱਗਾ ਹੋਇਆ ਆ ਪਠਾਨ ਦੀ ਪਕੜ ਦਾ ਜੱਗ ਜਾਣਦਾ ਤਾੜੀ ਮਾਰਦੇ ਹੋਇਆ ਸਾਰੇ ਪਠਾਨ ਵਾਸਤੇ ਪਠਾਨ ਦੀ ਪਕੜ ਇਸ ਵੇਲੇ ਪੂਰਾ ਜ਼ੂਰ ਪਾਇਆ ਔਰ ਹਾਫਜ਼ ਉਸਮਾਨ ਪਠਾਨ ਅਸ਼ਰਫ ਪਠਾਨ ਦੇ ਸਾਹਿਬਜ਼ਾਦੇ ਜਨਾਬ ਪੁਆਇੰਟ ਪਠਾਨ ਦਾ ਹੋਇਆ ਔਰ